ਕਾਫੀ ਅਰਸੇ ਬਾਅਦ ਦੋਸਤਾਂ ਦੀ ਮੀਟਿੰਗ ਹੋਈ ਕਰੇਲੇ ਗੋਸ਼ਤ ਕਰੇਲੇ ਗੋਸ਼ਤ ਜਨਾਬ ਤਿਆਰ ਕੀਤੇ ਆਪਣੇ ਸਾਡੇ ਮਲਕ ਰਿਆਜ਼ ਸਾਹਿਬ ਨੇ ਅਤੇ ਚੌਧਰੀ ਰਸ਼ਾਦ ਸਾਹਿਬ ਦੇ ਡੇਰੇ 'ਤੇ ਤਈਬ ਸਾਹਿਬ ਬਹੁਤ ਹੀ ਸੀਨੀਅਰ ਪਾਕਿਸਤਾਨੀ ਜਪਾਨ ਤਕਰੀਬਨ 45 ਸਾਲ ਇਹਨਾਂ ਨੂੰ ਹੋ ਗਏ ਉਸ ਤੋਂ ਇਲਾਵਾ ਜਨਾਬ ਮੁਸ਼ਤਾਕ ਸਾਹਿਬ ਭੱਟ ਸਾਹਿਬ ਸਮਸ਼ ਭੱਟ ਸਾਹਿਬ ਤੋਂ ਮਲਕ ਰਿਆਜ਼ ਸਾਹਿਬ ਅਤੇ ਚੌਧਰੀ ਅਰਸ਼ਾਦ ਸਾਹਿਬ ਦੇ ਡੇਰੇ 'ਤੇ ਜਨਾਬ ਇਹ ਜਨਾਬ ਕਰੇਲੇ ਕਟਾਈ ਦਾ ਕੰਮ ਅੱਜ ਮੰਨ ਦਿੱਤਾ ਗਿਆ ਬੰਦਾ ਬਹਿੰਦਾ ਖਾਂਦਾ ਆਰਾਮ ਨਾਲ ਅਤੇ ਉੱਠ ਕੇ ਟੁੱਟ ਜਾਂਦਾ ਲੇਕਿਨ ਜਿਹੜੇ ਤਿਆਰ ਕਰਨ 'ਤੇ ਜਿਤਨੀ ਮਿਹਨਤ ਲੱਗਦੀ ਹੈ ਜਿਤਨਾ ਟਾਈਮ ਲੱਗਦਾ ਇਹ ਤਾਂ ਫਿਰ ਜਿਵੇਂ ਤੁਸੀਂ ਸੱਚ ਆਖਿਆ ਉਹਨਾਂ ਹੈ ਜੀ ਬਾਜ਼ਾਰੋਂ ਦੁੱਧ ਖਾਲਸ ਲੱਭਦਾ ਹੋਵੇ ਨਾ ਅਤੇ ਘਰ ਮੱਝ ਕੋਨਾ ਪਾਲੇ ਜਿਹੜਾ ਖੁਦ ਪਕਾ ਕੇ ਖਾਣ ਦਾ ਮਜ਼ਾ ਹੈ ਨਾ ਉਹ ਰੈਸਟੋਰੈਂਟਾਂ ਦਾ ਮਜ਼ਾ ਨਹੀਂ ਹੈ ਮਲਿਕ ਸਾਹਿਬ ਨੇ ਜਨਾਬ ਕਰੇਲੇ ਗੋਸ਼ਤ ਬੜੀ ਮੁਹੱਬਤ ਨਾਲ ਤਿਆਰ ਕੀਤੇ ਨੇ ਅੱਲਾਹ ਤਾਲਾ ਇਹਨਾਂ ਨੂੰ ਲੰਮੀ ਉਮਰ ਦੇ ਮਾਣ ਵਾਲੀ ਜ਼ਿੰਦਗੀ ਦੇ ਬਹੁਤ ਹੀ ਪਿਆਰੇ ਦੋਸਤ ਨੇ ਬੜੇ ਖਿਦਮਤਕਾਰ ਜਜ਼ਾਕ ਅੱਲਾ ਜੀ ਵੀਡੀਓ ਲਾਈਕ ਕਰਕੇ ਅਤੇ ਸ਼ੇਅਰ ਜ਼ਰੂਰ ਕਰਨੀ ਅਸਲ